ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਦਬ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਤੁਸੀਂ ਅੱਜ ਕਿਤਾਬਾਂ ਵਰਗੇ ਲੋਕ ਪ੍ਰੋਗਰਾਮ ਵਿੱਚ ਸਾਡੇ ਨਾਲ ਇੱਕ ਜ਼ਹੀਨ ਹਸਤੀ ਦੇ ਰੂਬਰੂ ਹੋਣ ਜਾ ਰਹੇ ਹੋ, ਜਿਨ੍ਹਾਂ ਦਾ ਨਾਮ ਹੈ ਜਸਵੰਤ ਸਿੰਘ ਕੰਵਲ ਜੀ। ਬਾਪੂ ਜਸਵੰਤ ਸਿੰਘ ਕੰਵਲ ਜਿਹੜੇ ਕਿ ਪ੍ਰਸਿੱਧ ਨਾਵਲਕਾਰ ਨੇ ਅਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਉਹਨਾਂ ਨੂੰ ਉਹਨਾਂ ਦੀ 100ਵੀਂ ਜਨਮ ਸ਼ਤਾਬਦੀ 'ਤੇ ਪੰਜਾਬ ਗੌਰਵ ਪੁਰਸਕਾਰ ਦੇ ਨਾਲ ਸਨਮਾਨਿਆ ਜਾ ਰਿਹਾ ਹੈ। ਅੱਜ ਅਸੀਂ ਉਹਨਾਂ ਦੇ ਨਾਲ ਰੂਬਰੂ ਹੋਣ ਦੇ ਲਈ ਆਏ ਹਾਂ ਉਹਨਾਂ ਦੇ ਜੱਦੀ ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ ਦੇ ਵਿੱਚ। ਸੋ ਕਰਦੇ ਹਾਂ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਸ਼ੁਰੂ ਅਤੇ ਜਾਣਦੇ ਹਾਂ ਉਹਨਾਂ ਦੀ ਨਿੱਜੀ ਅਤੇ ਸਾਹਿਤਿਕ ਜ਼ਿੰਦਗੀ ਬਾਰੇ। ਸੋ ਮੈਂ ਕਰਦੀ ਹਾਂ ਬਾਪੂ ਜੀ ਤੁਹਾਡਾ ਸਵਾਗਤ। ਆਓ ਜੀ ਆਇਆਂ ਨੂੰ, ਮੈਂ ਤੁਹਾਡੇ ਆਇਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਔਰ ਇਹ ਗੱਲ ਚੰਗੇ ਢੰਗ ਨਾਲ ਅੱਗੇ ਵਧੇ। ਤੁਹਾਨੂੰ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ, ਪਰਮਾਤਮਾ ਤੁਹਾਡੀ ਹਯਾਤੀ ਦਰਾਜ਼ ਕਰੇ, ਤੁਸੀਂ ਲੰਬੀਆਂ ਉਮਰਾਂ ਮਾਣੋ। ਏਡੀ ਲੰਬੀ ਉਮਰ ਨਹੀਂ ਚਾਹੀਦੀ, ਬਸ ਇੰਨੀ ਬੜੀ ਹੈਗੀ ਆ, ਚੰਗੇ ਲੰਘ ਜਾਣ ਚਾਰ ਦਿਨ। ਦੂਸਰੀ ਮੁਬਾਰਕਬਾਦ ਮੈਂ ਤੁਹਾਨੂੰ ਦੇਣਾ ਚਾਹਾਂਗੀ ਆਪਣੀ ਟੀਮ ਫਿਲਮ ਵਾਰਤਾ ਵੱਲੋਂ ਅਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਲਿਖਣ ਬੋਲਣ ਵਾਲਿਆਂ ਵੱਲੋਂ ਕਿ ਤੁਹਾਨੂੰ ਪੰਜਾਬ ਗੌਰਵ ਪੁਰਸਕਾਰ ਜਿਹੜਾ ਹੈ ਮਿਲ ਰਿਹਾ ਹੈ, ਉਹਦੇ ਲਈ ਤੁਹਾਨੂੰ ਢੇਰ ਸ਼ੁਭਕਾਮਨਾਵਾਂ ਸਾਡੇ ਵੱਲੋਂ ਵੀ। ਅਤੇ ਤੁਹਾਨੂੰ ਜਿਹੜਾ ਇਨਾਮ ਮਿਲ ਰਿਹਾ ਉਹਦੇ ਲਈ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ? ਇਹ ਤਾਂ ਆਮ ਗੱਲ ਹੈ ਵੀ ਜੇ ਕਿਸੇ ਨੇ ਕੋਈ ਮਿਹਨਤ ਕੀਤੀ ਹੈ ਔਰ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਹੈ ਤੇ ਉਹਨੂੰ ਥੋੜੀ ਜਿਹੀ ਸ਼ਾਬਾਸ਼ ਮਿਲ ਜਾਂਦੀ ਹੈ, ਉਹ ਉਸੇ ਢੰਗ ਦੀ ਸ਼ਾਬਾਸ਼ ਮੈਨੂੰ ਮਿਲੀ ਹੈ। ਅੱਛਾ ਜੀ, ਦਰਸ਼ਕਾਂ ਨੂੰ ਦੱਸ ਦਈਏ ਕਿ ਜਿਵੇਂ ਸਾਡਾ ਚੈਨਲ ਫਿਲਮ ਵਾਰਤਾ ਫਿਲਮੀ ਲੋਕਾਂ ਬਾਰੇ ਜਾਣਕਾਰੀ ਦਿੰਦਾ ਹੈ, ਤਿਵੇਂ ਹੀ ਪੰਜਾਬੀ ਸਿਨੇਮੇ ਦੀ PhD ਦੀ ਵਿਦਿਆਰਥਣ ਹੋਣ ਕਰਕੇ ਮੈਂ ਵੀ ਆਪਣੀ ਮੁਲਾਕਾਤ ਦਾ ਸਿਲਸਿਲਾ ਬਾਪੂ ਜੀ ਦੀਆਂ ਲਿਖਤਾਂ 'ਤੇ ਬਣੀਆਂ ਹੋਈਆਂ 4 ਫਿਲਮਾਂ ਨੂੰ ਮੱਦੇਨਜ਼ਰ ਰੱਖ ਕੇ ਕਰਾਂਗੀ। ਸੋ ਬਾਪੂ ਜੀ ਤੋਂ ਪੁੱਛਾਂਗੇ ਕਿ ਜੋ ਉਹਨਾਂ ਦੀਆਂ ਲਿਖਤਾਂ ਦੇ ਆਧਾਰਿਤ ਫਿਲਮਾਂ ਬਣੀਆਂ ਨੇ, ਕੀ ਉਹਨਾਂ ਦੀ ਲਿਖਤ ਦੇ ਨਾਲ ਵੀ ਨਿਆਂ ਹੋ ਸਕਿਆ ਉਸ ਤਰ੍ਹਾਂ ਦਾ, ਜਾਂ ਫਿਲਮਾਂ ਦਾ ਕੋਈ ਪੱਖ ਜਿਹੜਾ ਸੀ ਉਹ ਕਮਰਸ਼ੀਅਲ ਹੀ ਦ੍ਰਿਸ਼ਟੀਗੋਚਰ ਕੀਤਾ ਗਿਆ? ਕੋਈ ਫਿਲਮ ਮੈਨੂੰ ਨਹੀਂ ਲੱਗੀ ਚੰਗੀ ਜਿਹੜੀ ਕੋਈ ਬਣੀ ਹੈ। ਹਾਂਜੀ, ਉਹ ਬਸ ਮਾੜਾ ਮੋਟਾ ਹੈ, ਲੇਕਿਨ ਠੀਕ ਜਿਸ ਢੰਗ ਨਾਲ ਮੈਂ ਉਹਨੂੰ ਪੁੱਟ ਕੀਤਾ ਕਿਤਾਬ 'ਚ ਉਹਦਾ ਉਹ ਵੇਰਵਾ ਨਹੀਂ ਆਇਆ। ਅੱਛਾ ਜੀ, ਠੀਕ ਹੈ। ਤੁਹਾਨੂੰ ਚੰਗੀਆਂ ਨਹੀਂ ਲੱਗੀਆਂ ਉਹ? ਚੰਗੀਆਂ ਹੁੰਦੀਆਂ ਤਾਂ ਚੰਗੀਆਂ ਲੱਗਦੀਆਂ, ਜਿਵੇਂ ਕੰਬ ਦੀ ਡਿਓੜੀ, ਪੂਰਨਮਾਸ਼ੀ, ਹਾਣੀ ਫਿਲਮ, ਇਹ ਸਾਰੀਆਂ ਤੁਹਾਡੀਆਂ ਲਿਖਤਾਂ ਤੇ ਬਣੀਆਂ, ਉਹ ਤੁਹਾਡੇ ਹਿਸਾਬ ਨਾਲ ਨਹੀਂ ਬਣਾਈਆਂ ਉਹਨਾਂ ਨੇ? ਮੇਰੇ ਹਿਸਾਬ ਨਾਲ ਨਾ, ਮੇਰੇ ਨਾਲ ਕਿਸੇ ਨੇ ਗੱਲ ਕੀਤੀ ਹੈ। ਅੱਛਾ ਜੀ, ਉਹਨਾਂ ਨੇ ਆਪੇ ਹੀ ਬਣਾ ਲਈਆਂ, ਆਪੇ ਹੀ ਚਲਾ ਲਈਆਂ। ਅੱਛਾ ਜੀ, ਮੇਰੀ ਉਹਨਾਂ 'ਚ ਕੋਈ ਰਾਏ ਨਹੀਂ। ਅੱਛਾ, ਤੁਹਾਡੀ ਕੋਈ ਇਜਾਜ਼ਤ ਨਹੀਂ ਲਈ ਉਹਨਾਂ ਨੇ? ਨਾ, ਉਹਨਾਂ ਮੈਨੂੰ ਕੁਛ ਦਿੱਤਾ। ਅੱਛਾ, ਟੋਟਲੀ ਠੀਕ ਹੈ। 5 ਫਿਲਮਾਂ ਬਣ ਚੁੱਕੀਆਂ ਨੇ ਤੁਹਾਡੀਆਂ ਲਿਖਤਾਂ ਤੇ ਹੁਣ ਤੱਕ। ਚਲੋ ਠੀਕ ਹੈ, ਉਹਨਾਂ ਨੂੰ ਫਾਇਦਾ ਹੋਵੇ। ਅੱਛਾ ਬਾਪੂ ਜੀ, ਇੱਕ ਚੀਜ਼ ਦੱਸੋ, ਜਿਹੜਾ ਆ ਸੱਚ ਨੂੰ ਫਾਂਸੀ ਨਾਵਲ ਹੈ, ਇਹ 1941 ਵੇਲੇ ਚ ਆਇਆ ਸੀ, ਇਸ ਤੋਂ ਪਹਿਲਾਂ ਕੀ ਲਿਖਿਆ ਤੁਸੀਂ? ਸਭ ਤੋਂ ਪਹਿਲਾਂ ਮੈਂ ਕੁਛ ਨਹੀਂ ਲਿਖਿਆ। ਅੱਛਾ ਜੀ, ਨੀ ਜਿਹੜੀਆਂ ਜੀਵਨ ਕਣੀਆਂ, ਸੱਚ ਨੂੰ ਫਾਂਸੀ ਪਹਿਲਾਂ ਲੈ ਬੰਨਾ ਹੋ ਰਿਹਾ। ਅੱਛਾ, ਜੀਵਨ ਕਣੀਆਂ ਜਿਹੜਾ ਵਾਰਤਕ ਆ, ਜੀਵਨ ਕਣੀਆਂ ਉਹ ਵੀ ਲਿਖਿਆ, ਵੈਸੇ ਇਹ ਜ਼ਿਆਦਾ ਪਹਿਲਾਂ ਲਿਖਿਆ ਗਿਆ। ਬਾਪੂ ਜੀ, ਜਿੱਦਾਂ ਤੁਸੀਂ ਸੱਚ ਨੂੰ ਫਾਂਸੀ ਤੋਂ ਬਾਅਦ ਬਹੁਤ ਸਾਰੇ ਨਾਵਲ, ਕਹਾਣੀਆਂ, ਲੇਖ, ਕਵਿਤਾਵਾਂ ਤੁਹਾਡੀ ਲੇਖਣੀ ਦੇ ਵਿੱਚ ਸ਼ਾਮਿਲ ਹੁੰਦੇ ਰਹੇ ਨੇ, ਅਤੇ ਉਹਨਾਂ ਸਾਰਿਆਂ ਦੇ ਵਿੱਚ ਰਹਿੰਦਿਆਂ ਤੁਸੀਂ ਨਾਵਲਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਹੈ, ਇਹਦੀ ਕੋਈ ਖਾਸ ਵਜ੍ਹਾ ਸੀ? ਜਦੋਂ ਕਿ ਤੁਹਾਡਾ ਹੱਥ ਤਾਂ ਬਾਕੀ ਦੀਆਂ ਵਿਧਾਵਾਂ 'ਤੇ ਵੀ ਬਾ ਕਮਾਲ ਸੀ। ਨਾਵਲ ਲਿਖਣ ਵਿੱਚ ਮੈਨੂੰ ਕੁਛ ਰਸ ਜਾਗਦਾ ਸੀ। ਅੱਛਾ ਜੀ, ਅਤੇ ਛੋਟੀ ਕਹਾਣੀ ਜਿਹੜੀ ਹੈ ਉਹ ਬਹੁਤ ਛੇਤੀ ਖਤਮ ਹੋ ਜਾਂਦੀ ਸੀ, ਉਹ ਤਾਂ ਇੱਕ ਦਿਨ ਦੀ ਵੀ ਨਹੀਂ ਸੀ ਗੱਲ ਕਰਦੀ, ਤੇ ਇਹਦੇ ਵਿੱਚ ਕੀ ਇਹ ਸੀ ਵੀ ਇੱਕ ਰੁੱਤ ਦੀ ਗੱਲ ਕਰਦੀ ਸੀ। ਅੱਛਾ ਜੀ। ਅੱਛਾ ਬਾਪੂ ਜੀ, ਤੁਹਾਡਾ ਇੱਕ ਬਹੁਤ ਚਰਚਿਤ ਨਾਵਲ ਹੈ ਲਹੂ ਦੀ ਲੋ, ਉਹ ਪੰਜਾਬ ਦੇ ਵਿੱਚ ਨਹੀਂ ਪਬਲਿਸ਼ ਹੋਇਆ ਸੀ, ਜਦੋਂ ਕਿ ਉਹ ਸਿੰਗਾਪੁਰ ਦੇ ਵਿੱਚ ਜਾ ਕੇ ਪਬਲਿਸ਼ ਹੋਇਆ, ਕੀ ਕਾਰਨ ਸੀ, ਉਹਦੇ ਪਿੱਛੇ ਕੀ ਵਜ੍ਹਾ ਸੀ? ਉਹ ਇੱਧਰ ਕਿਸੇ ਨੇ ਵੀ ਨਹੀਂ ਸੀ ਛਾਪਿਆ। ਅੱਛਾ ਜੀ, ਸਾਰੇ ਡਰਦੇ ਸੀ। ਹਾਂਜੀ, ਉਹ ਫਿਰ ਪਹਿਲਾਂ ਨਾ ਸਿੰਗਾਪੁਰ ਜਾ ਕੇ ਚਾਈਨੀਜ਼ ਪ੍ਰੈਸ ਤੇ ਛਪਿਆ। ਅੱਛਾ ਜੀ, ਉਦੋਂ ਬਾਅਦ ਫਿਰ ਮਗਰੋਂ ਸਾਰੇ ਛਪਣੇ ਸ਼ੁਰੂ ਹੋ ਗਏ। ਉਦੋਂ ਐਮਰਜੈਂਸੀ ਟੁੱਟ ਗਈ ਤੇ ਸਾਰੇ ਹੀ ਫਿਰ ਭੱਜ ਭੱਜ ਪੈਣ। ਮੈਂ ਕਿਹਾ ਵੀ ਹੁਣ ਮੇਰੇ ਵੱਸ ਦੀ ਗੱਲ ਨਹੀਂ, ਜਿਹਨੇ ਛਾਪੀ ਹੈ ਉਹ ਹੀ ਛਾਪੇ। ਬਾਪੂ ਜੀ, ਇੱਕ ਜਿਹੜਾ ਤੁਹਾਡਾ ਨਾਵਲ ਹੈ ਤਸ਼ਾਲੀ ਦੀ ਹੰਸੋ, ਸਾਹਿਤ ਅਕਾਦਮੀ ਵੱਲੋਂ
ਅਵਾਰਡੀ ਆਫਤਾ ਰਿਹਾ ਆ ਉਹ, ਉਹਦੇ ਬਾਰੇ ਤੁਹਾਡੇ ਕੀ ਅਹਿਸਾਸ ਸੀ ਜਦੋਂ ਉਹਨੂੰ ਅਵਾਰਡ ਮਿਲਿਆ ਸੀ? ਮੈਨੂੰ ਚੰਗਾ ਲੱਗਿਆ ਸੀ। ਅੱਛਾ ਜੀ। ਮੈਂ ਚੰਗਾ ਕਰਕੇ ਹੀ ਲਿਖਿਆ ਫਿਰ ਤੁਸ਼ਾਲੀ ਦੀਆਂ, ਪਰ ਉਦੋਂ ਬਿਨਾਂ ਵੀ ਹੋਰ ਨੋਵਲ ਹੈਗੇ ਜਿਹੜੇ ਉਹਦੇ ਨਾਲ ਚੰਗੇ ਸ਼ਬਦ ਲਿਖੇ ਗਏ ਹੈਗੇ ਆ ਜੀ, ਔਰ ਉਹ ਜ਼ਿਆਦਾ ਛਪੇ ਹੈਗੇ ਆ, ਪੜ੍ਹੇ ਗਏ ਆ। ਅੱਛਾ ਜੀ। ਇਹਦੇ ਨਾਲ ਤਾਂ ਤੁਸੀਂ ਬਹੁਤ ਨਾਵਲ ਲਿਖੇ ਨੇ, ਇਸ ਤੋਂ ਇਲਾਵਾ ਵੀ ਸੱਚ ਨੂੰ ਫਾਂਸੀ ਤੋਂ ਬਾਅਦ, ਜਿਵੇਂ ਪਾਲੀ, ਰੂਪਮਤੀ, ਰੂਪਧਾਰਾ, ਇੰਨਿਆਂ ਚੋਂ ਉੱਠੇ ਸੂਰਮਾ, ਜਾਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ, ਤੁਹਾਨੂੰ ਆਪਣੀਆਂ ਰਚੀਆਂ ਰਚਨਾਵਾਂ ਦੇ ਵਿੱਚੋਂ ਕਿਹੜੀ ਰਚਨਾ ਜਿਹੜੀ ਹੈ ਉਹ ਦਿਲ ਦੇ ਬਹੁਤ ਕਰੀਬ ਹੈ ਅਤੇ ਬਹੁਤ ਪਸੰਦ ਹੈ? ਮੈਂ ਇਹ ਨਹੀਂ ਕਹਿ ਸਕਦਾ, ਉਹ ਤਾਂ ਮੈਂ ਸਾਰੀਆਂ ਚੰਗੀਆਂ ਕਰਕੇ ਹੀ ਲਿਖਿਆ ਜੇ, ਪਰ ਵਕਤ ਵਕਤ ਦੀ ਗੱਲ ਹੈ ਜਿਹੜੀ ਕਿ ਉਦੋਂ ਉਸ ਨੂੰ ਸੂਟ ਕਰਦੀ ਹੈ ਤਾਂ ਉਹਦੇ ਚੋਂ ਲਿਖੀ ਜਾਂਦੀ ਹੈ, ਤੇ ਨਹੀਂ ਕਈ ਚੰਗੀਆਂ ਗੱਲਾਂ ਹੁੰਦੀਆਂ ਜਿਹੜੀਆਂ ਮੁਕੰਮਲ ਤੌਰ ਤੇ ਨਹੀਂ ਲਿਖੀਆਂ ਜਾਂਦੀਆਂ ਔਰ ਉਹ ਬੰਦਾ ਰੁਕ ਜਾਂਦਾ। ਅੱਛਾ ਬਾਪੂ ਜੀ, ਇਹ ਤਾਂ ਹੋ ਗਈਆਂ ਸਾਹਿਤਕ ਗੱਲਾਂ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਨਿੱਜੀ ਜ਼ਿੰਦਗੀ ਬਾਰੇ ਦੱਸੋ, ਜਿਵੇਂ ਤੁਹਾਡੀਆਂ ਦੋ ਪਤਨੀਆਂ ਸੀ ਮੁਖਤਿਆਰ ਕੌਰ ਅਤੇ ਡਾਕਟਰ ਜਸਵੰਤ ਕੌਰ ਗਿੱਲ, ਉਹਨਾਂ ਦਾ ਤੁਹਾਨੂੰ ਸਾਹਿਤਕ ਸਿਰਜਣਾ ਦੇ ਪਿੱਛੇ ਕੀ ਯੋਗਦਾਨ ਰਿਹਾ? ਨਿੱਜੀ ਜ਼ਿੰਦਗੀ ਬਾਰੇ ਪਰਿਵਾਰ ਨਾਲ ਮੇਰੀ ਕੋਈ ਖਾਸ ਗੱਲ ਨਹੀਂ ਸੀ ਜੀ, ਪਰ ਉਹ ਇੱਕ ਕੁੜੀ ਡਾਕਟਰ ਸੀ ਜਿਹੜੀ ਮੇਰੇ ਨਾਲ ਜੁੜ ਗਈ ਸੀ ਜੀ, ਤੇ ਮੈਂ ਕਿਹਾ ਮੈਂ ਵਿਆਹਿਆ ਗਿਆ, ਉਹਦੀ ਮੈਂ ਤੇਥੋਂ ਕੁਛ ਨਹੀਂ ਲੈਣਾ, ਮੈਨੂੰ ਆਪਣੇ ਸਾਥ ਰੱਖ। ਉਹਨੇ ਮੈਨੂੰ ਤਕੜਾ ਵੀ ਕੀਤਾ, ਹੌਸਲਾ ਵੀ ਦਿੱਤਾ, ਔਰ ਮੇਰੇ ਸਾਹਿਤ ਨੂੰ ਪੜ੍ਹ ਕੇ ਉਹ ਮੇਰੇ ਨਾਲ ਜੁੜ ਗਿਆ। ਜਿਹੜੀ ਡਾਕਟਰ ਜਸਵੰਤ ਗਿੱਲ ਸੀ ਉਹ ਥੋੜੀ ਜਿਹੀ ਜ਼ਿਆਦਾ ਸਿਆਣੀ ਕੁੜੀ ਸੀ ਔਰ ਉਹਨੂੰ ਤਸੱਲੀ ਸੀ, ਔਰ ਮੈਂ ਉਹਨੂੰ ਲਿਖਣ ਲਾਇਆ ਔਰ ਉਹ ਬਹੁਤ ਸਾਰੇ ਉਹਦੀਆਂ ਉਹਦੀਆਂ ਕਿਤਾਬਾਂ 15-16 ਕਿਤਾਬਾਂ ਉਹਨੇ ਸਿਹਤ ਵਿਗਿਆਨ 'ਤੇ ਲਿਖੀਆਂ ਔਰ ਉਹ ਮੇਰੇ ਕਹਿਣ 'ਤੇ ਲਿਖੀਆਂ ਉਹਨੇ, ਅਤੇ ਪਹਿਲਾਂ ਉਹ ਨਹੀਂ ਸੀ ਲਿਖਦੀ, ਮੈਨੂੰ ਮਿਲ ਕੇ ਹੀ ਲਿਖਣ ਲੱਗੀ ਉਹ ਮੇਰੇ ਨਾਲ ਜੁੜ ਕੇ, ਅਤੇ ਮੇਰੇ ਨਾਲ ਉਹ ਪੁਰਖ ਸਿਆਣੀ ਵੀ ਸੀ। ਅੱਛਾ, ਲਿਖਣ ਵੇਲੇ ਤੁਹਾਨੂੰ ਪਰਿਵਾਰ ਦਾ ਸਹਿਯੋਗ ਕਿੱਦਾਂ ਰਿਹਾ? ਦਿੰਦੇ ਆ, ਪਰ ਉਹ ਉਹਨਾਂ ਜਿੰਨਾ ਉਹ ਸਾਹਿਤ ਦੀਆਂ ਜੜ੍ਹਾਂ ਤੱਕ ਜਾਣ ਵਾਲੇ ਘੱਟ ਆ, ਕੋਈ ਸਾਹਿਤ ਦੇ ਮਸਲੇ 'ਚ ਮੈਨੂੰ ਚੰਗੀ ਰਾਏ ਦੇਣ ਵਾਲੇ ਨਹੀਂ, ਉਹ ਮੈਨੂੰ ਕੱਲੋਂ ਪੜ੍ਹ ਕੇ ਲਿਖਾਉਂਦੇ ਸੀ। ਇਸ ਤੋਂ ਬਿਨਾਂ ਬਹੁਤ ਸਾਰੇ ਹਾਲਾਤ, ਬਹੁਤ ਸਾਰੇ ਸਮੇਂ, ਦੌਰ ਤੁਸੀਂ ਅੱਖਾਂ ਦੇ ਸਾਹਮਣੇ ਹੰਢਾਏ ਆ, ਇਹ ਸਾਡੇ ਦਰਸ਼ਕਾਂ ਨੂੰ ਦੱਸੋ ਇੱਕ ਚਿੰਤਕ ਦੇ ਨਜ਼ਰੀਏ ਤੋਂ ਕਿ ਅੱਜ ਦੇ ਪੰਜਾਬ ਦੇ ਹਾਲਾਤ ਜਾਂ ਉਦੋਂ ਦੇ ਹਾਲਾਤਾਂ ਦੇ ਮੁਕਾਬਲਤਨ ਤੁਸੀਂ ਕੀ ਸੋਚਦੇ ਹੋ ਪੰਜਾਬ ਦੇ ਬਾਰੇ? ਪੰਜਾਬ ਆਜ਼ਾਦ ਹੋ ਕੇ ਨਿਗ ਰਿਹਾ ਜੀ, ਉਸਰਿਆ ਨਹੀਂ। ਇਹ ਗਿਲਾ ਸਾਡੀਆਂ ਆਪਣੀਆਂ ਜਿਹੜੀਆਂ ਵਜ਼ਾਰਤਾਂ ਸੀ ਪੰਜਾਬੀਆਂ ਦੀਆਂ, ਉਹਨਾਂ ਨੇ ਵੀ ਕੋਈ ਨਹੀਂ ਸਵਾਰਿਆ, ਉਹ ਆਪਣੀਆਂ ਜੜ੍ਹਾਂ ਮਜ਼ਬੂਤ ਕਰਦੇ ਰਹੇ ਹੈ, ਲੇਕਿਨ ਲੋਕਾਂ ਦੇ ਹਿੱਤਾਂ ਵਾਸਤੇ ਉਹਨਾਂ ਨੇ ਕੁਛ ਨਹੀਂ ਕੀਤਾ। ਜੇ ਕੀਤਾ ਹੁੰਦਾ ਤਾਂ ਪੰਜਾਬ ਅੱਜ ਐਸੇ ਜ਼ਿਆਦਾ ਹੁੰਦਾ, ਇਹਦੇ ਨਾਲ ਇਲਾਕੇ ਤੋੜੀ ਗਏ ਹੈ, ਤੋੜੀ ਕੁਛ ਵੀ ਨਹੀਂ ਰਹਿ ਗਿਆ ਹੁਣ ਇਹ ਇਹਦਾ ਸਾਰਾ ਜਿਹੜਾ ਕਸੂਰ ਹੈ ਉਹ ਸਾਡੇ ਆਗੂ ਹੈ, ਉਹਨਾਂ 'ਤੇ ਜਾਂਦਾ ਹੈ ਕਿ ਉਹਨਾਂ ਨੇ ਪੰਜਾਬ ਨੂੰ ਠੀਕ ਢੰਗ ਨਾਲ ਰਿਪ੍ਰੈਜ਼ੈਂਟ ਨਹੀਂ ਕੀਤਾ। ਬਿਲਕੁਲ ਨਹੀਂ। ਤੁਹਾਡੇ ਹਿਸਾਬ ਨਾਲ ਇਹ ਕਿੱਦਾਂ ਸੁਧਾਰ ਕਿੱਦਾਂ ਹੋ ਸਕਦਾ? ਪੰਜਾਬ ਨੂੰ ਚੰਗੀ ਲੀਡਰਸ਼ਿਪ ਨਹੀਂ ਮਿਲੀ ਜੀ, ਜੇ ਇਮਾਨਦਾਰ ਲੀਡਰਸ਼ਿਪ ਹੁੰਦੀ ਤੇ ਪੰਜਾਬ ਦਾ ਜਿਹੜਾ ਕਲਚਰ ਹੈ ਜੀ, ਬਹਾਦਰ ਕਲਚਰ ਹੈ ਜਿਹੜਾ, ਉਹ ਅੱਗੇ ਆਇਆ ਹੁੰਦਾ। ਉਹ ਫਿਲਮਾਂ ਵਿੱਚ ਵੀ ਜੋ ਇਹ ਆਇਆ ਪੰਜਾਬ ਦਾ ਮਸਲਾ, ਪੰਜਾਬ ਦਾ ਕਲਚਰ, ਉਹ ਵੀ ਬੜਾ ਹੀਣਾ ਹੋ ਕੇ ਆਇਆ। ਪੰਜਾਬ ਨੂੰ ਉੱਚਾ ਚੁੱਕਣ ਦੀ, ਇਹਨੂੰ ਸੁੱਚਾ ਕਰਨ ਦੀ ਕੋਈ ਕਿਸੇ ਨੇ ਵਾਹ ਨਹੀਂ ਲਾਈ। ਮੇਰੀ ਗੁਜ਼ਾਰਿਸ਼ ਸਾਰੇ ਪੰਜਾਬੀਆਂ ਨੂੰ ਇਹ ਹੈ ਬਈ ਉਹ ਇਕੱਠੇ ਹੋ ਕੇ ਆਪਣੇ ਆਪਣੇ ਮੂਲ ਜਿਹੜੇ ਪੱਖ ਹੈ ਉਹਨੂੰ ਛੱਡ ਕੇ ਸੱਚੀ ਸੁੱਚੀ ਪੋਲੀਟੀਕਲ ਹਾਲਤ ਜਿਹੜੀ ਹੈ ਉਹਨੂੰ ਜੇ ਅੱਗੇ ਲਿਓ ਤੇ ਪੰਜਾਬ ਦਾ ਨਾਂ ਫਿਰ ਉੱਚਾ ਹੁੰਦਾ ਨਹੀਂ ਹੁੰਦਾ ਜੀ। ਅੱਛਾ ਬਾਪੂ ਜੀ, ਜਿਹੜੇ ਹੁਣ ਅੱਜ ਕੱਲ੍ਹ ਬੱਚੇ ਨਸ਼ਾ ਵੀ ਬਹੁਤ ਕਰ ਰਹੇ ਆ, ਖਬਰਾਂ ਆ ਰਹੀਆਂ ਨੇ ਲਗਾਤਾਰ, ਜਾਂ ਜਿਹੜੇ ਬੱਚੇ ਵਿਦੇਸ਼ਾਂ ਵੱਲ ਹੋੜ ਲਾ ਰਹੇ ਆ, ਇਹਦੇ ਬਾਰੇ ਇੱਕ ਰਾਜਸੀ ਚਿੰਤਕ ਹੋਣ ਦੇ ਨਾਤੇ ਤੁਹਾਡਾ ਕੀ ਨਜ਼ਰੀਆ ਇਹਦੇ, ਇਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ।
ਇਸ ਗੱਲ ਨੂੰ ਵੀ ਸਰਕਾਰ ਨੂੰ ਰੋਕਣਾ ਚਾਹੀਦਾ ਸੀ। ਸਰਕਾਰ ਇਸ ਗੱਲ ਤੋਂ ਪੈਸੇ ਕਮਾਉਂਦੀ ਰਹੀ ਹੈ ਔਰ ਉਹ ਪੈਸੇ ਕਮਾਉਣ ਨਾਲ ਉਹਨਾਂ ਨੂੰ ਇਹ ਨਹੀਂ ਖਿਆਲ ਰਿਹਾ ਕਿ ਪੰਜਾਬੀ ਕੌਮੀਅਤ ਜਿਹੜੀ ਆ ਉਹ ਖੁਰਦੀ ਜਾ ਰਹੀ। ਇਸ ਗੱਲ ਦਾ ਅਹਿਸਾਸ ਜਿਹੜਾ ਉਹ ਬਿਲਕੁਲ ਸਾਡੀ ਸਰਕਾਰ ਨੂੰ ਅੱਜ ਤੱਕ ਨਹੀਂ ਆਇਆ। ਕੋਈ ਪੰਜਾਬੀ ਇਹੋ ਜਿਹਾ ਅਣਖ ਵਾਲਾ ਨਹੀਂ ਅੱਗੇ ਆਇਆ ਜਿਹੜਾ ਪੰਜਾਬ ਨੂੰ ਜੋ ਸੁੱਚਾ ਹੈ ਇਹਦੇ ਵਿੱਚ, ਜੋ ਮਿਹਨਤ ਹੈ ਇਸ ਵਿੱਚ, ਉਹ ਸਾਰੀ ਦੀ ਸਾਰੀ ਨਿਖਰ ਕੇ ਲੋਕਾਂ ਅੱਗੇ ਆਉਂਦੀ। ਲੋਕਾਂ ਦੀ ਕਹਾਣੀ, ਲੋਕਾਂ ਦੀ ਮਿਹਨਤ ਜਿਹੜੀ ਹੈ ਉਹ ਅੱਗੇ ਨਹੀਂ ਇਹ ਲਿਆਂਦੀ ਜਾ ਸਕੀ। ਉਹਨੂੰ ਪੈਸੇ ਕਮਾਉਣ ਵਾਲੀ ਗੱਲ ਜਿਹੜੀ ਹੈ ਉਹ ਉਹਨਾਂ ਨੇ ਜ਼ਰੂਰ ਕਮਾ ਲਈ ਹੈ। ਅੱਛਾ ਬਾਪੂ ਜੀ, ਤੁਸੀਂ ਆਪਣੀ ਜ਼ਿੰਦਗੀ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਸਜੋ ਕੇ ਆਪਣੀ ਸਵੈ ਜੀਵਨੀ ਲਿਖੀ ਆ ਪੁੰਨਿਆਂ ਦਾ ਚਾਨਣ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਦੋਂ ਬੰਦਾ ਇੰਨੀ ਬੇਬਾਕੀ ਨਾਲ ਲਿਖਦਾ ਤਾਂ ਕੁਝ ਰਹਿ ਵੀ ਜਾਂਦਾ, ਤੁਹਾਡੇ ਬਾਰੇ ਕੁਝ ਹੈ ਇਸ ਤਰ੍ਹਾਂ ਦਾ? ਮੈਂ ਤਾਂ ਖਾਸ ਬਹੁਤਾ ਕੁਛ ਨਹੀਂ ਲਿਖਿਆ ਆਪਣੀ ਜੀਵਨੀ ਬਾਰੇ, ਲੇਕਿਨ ਥੋੜ੍ਹਾ ਬਹੁਤ ਲਿਖਿਆ, ਬਹੁਤ ਕੁਛ ਰਹਿ ਜਾਂਦਾ, ਰਿਹਾ ਵੀ ਹੈ। ਲੇਕਿਨ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਨੂੰ ਜੇ ਕੁਛ ਦਿਨ ਚੰਗੇ ਉਮਰ ਦੇ ਮਿਲਣਗੇ ਤਾਂ ਮੈਂ ਸ਼ਾਇਦ ਕੁਛ ਲਿਖਾਂ। ਅਤੇ ਨਹੀਂ ਇਹ ਹੈ ਬਈ ਬਾਬਾ ਜਾਣੇ, ਮੈਂ ਤੁਹਾਡੇ ਨਾਲ ਮੁਹੱਬਤ ਸਾਂਝੀ ਕਰਨਾ ਚਾਹੁੰਦਾ, ਮੈਂ ਤੁਹਾਡੇ ਨਾਲ ਕਾਰ ਵਿਹਾਰ ਜਿਹੜਾ ਸਾਹਿਤ ਹੈ ਉਹ ਸਾਂਝਾ ਕਰਨਾ ਚਾਹੁੰਦਾ। ਮੈਂ ਚੰਗੀਆਂ ਗੱਲਾਂ ਜਿਹੜੀਆਂ ਨੇ ਉਹ ਕੰਮ ਕਰਨ ਵਾਲੇ ਲੋਕਾਂ 'ਚ ਜਾਣੇ ਵਰਕਆਊਟ ਹੋਣ, ਉਹ ਮੈਂ ਪੁੱਟ ਕਰਨਾ ਚਾਹੁੰਦਾ ਸਾਹਿਤ ਵਿੱਚ ਵੀ ਔਰ ਫਿਲਮਾਂ ਵਿੱਚ ਵੀ, ਹੋਰ ਲੋਕਾਂ ਨੂੰ ਵੀ। ਮੈਂ ਕਲਾ ਦਾ ਪੱਖ ਜਿਹੜਾ ਹੈ ਉਹ ਇਹ ਹੈ ਕਿ ਉਹ ਮਿਹਨਤ ਨਾਲ ਜੁੜਿਆ ਹੋਵੇ ਤਾਂ ਉਹ ਦੇਸ਼ ਉੱਚਾ ਉੱਠਦਾ, ਅਤੇ ਜੇ ਉਹ ਮਿਹਨਤ ਨਾਲ ਟੁੱਟ ਜਾਏਗਾ ਤਾਂ ਉਹਦਾ ਕੁਛ ਨਹੀਂ ਹੈ। ਬਿਲਕੁਲ ਬਿਲਕੁਲ। ਇੱਕ ਤੁਹਾਡੀ ਡੇਲੀ ਦੀ ਰੁਟੀਨ ਕੀ ਹੈ ਹੁਣ? ਹੁਣ ਕੀ ਕਰਦੇ ਹੋ, ਡੇਲੀ ਦੀ ਰੁਟੀਨ ਕੀ ਹੈ ਤੁਹਾਡੀ? ਹੁਣ ਮੈਂ ਕੁਛ ਨਹੀਂ ਕਰਦਾ, ਸੋਚ ਰਿਹਾ ਕੁਝ ਚੰਗੇ ਵਿਚਾਰ ਜਿਹੜੇ ਆ ਆ ਜਾਣ ਤੇ ਮੈਂ ਉਹ ਲਿਖ ਜਾਵਾਂ। ਹਰ ਮਨੁੱਖ ਦੀ ਖਾਹਿਸ਼ ਹੁੰਦੀ ਜੀਣ ਦੀ, ਜੀਣ ਦੇ ਪੱਖ ਵਿੱਚ ਮਿਹਨਤ ਦਾ ਹਿੱਸਾ ਹੁੰਦਾ, ਤੇ ਜਿਹੜਾ ਮਿਹਨਤ ਨਾਲ ਉਹ ਟੁੱਟ ਜਾਂਦਾ ਉਹ ਫਿਰ ਚੰਗਾ ਜੀਣ ਨਹੀਂ ਜੀ ਸਕਦਾ। ਇਹਨਾਂ ਦੋਹਾਂ ਨੂੰ ਮੈਂ ਜੋੜਨ ਦੀ, ਜੁੜਦੇ ਕਰਨ ਦੀ ਕੋਸ਼ਿਸ਼ ਕਰ ਰਿਹਾ। ਕੋਈ ਇਹੋ ਜਿਹਾ ਸਾਹਿਤਕਾਰ ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗਦਾ? ਆਪਣੇ ਆਪਣੇ ਤੌਰ ਤੇ ਸਾਰੇ ਹੀ ਲਿਖਦੇ ਆ, ਮੈਂ ਕੁਛ ਨੀ ਇਹਦੇ ਬਾਰੇ ਕਹਿ ਸਕਦਾ। ਉਹਦੇ ਬਾਰੇ ਜੇ ਮੈਂ ਕਹੂੰਗਾ ਤਾਂ ਕਹਿਣਗੇ ਇੱਕ ਉਹ ਹੈ, ਦੂਜੇ ਲੇਖਕ ਮੇਰੇ ਨਾਲ ਸਾਰੇ ਨਾਰਾਜ਼ ਹੋਣ। ਬਾਹਰਲੇ ਕਿਹੜੇ ਚੰਗੇ ਲੱਗਦੇ? ਬਾਹਰਲੇ ਫਰਾਂਸ ਦੇ ਰਾਈਟਰ, ਇੰਗਲੈਂਡ ਦੇ ਰਾਈਟਰ ਤੇ ਰਸ਼ੀਆ ਦੇ ਰਾਈਟਰ। ਇਹ ਰਾਈਟਰ ਜਿਹੜੇ ਲਿਖਦੇ ਆਏ ਆ, ਜਿਹੜੇ ਛਪੇ ਆ, ਤਕਰੀਬਨ ਮੈਨੂੰ ਬਹੁਤ ਉਹਨਾਂ ਨੇ ਅਗਵਾਈ ਦਿੱਤੀ ਆ ਔਰ ਉਹਨਾਂ ਨੂੰ ਅਗਵਾਈ ਲੈ ਕੇ ਮੈਂ ਅਗਾਂਹ ਲਿਖਣ ਦੀ ਕੋਸ਼ਿਸ਼ ਕਰਦਾ ਰਿਹਾ, ਅੱਗੇ ਵਧਣ ਦੀ ਕੋਸ਼ਿਸ਼ ਕਰਦਾ। ਠੀਕ ਹੈ, ਠੀਕ ਹੈ। ਨਿੱਜੀ ਜ਼ਿੰਦਗੀ ਦੇ ਵਿੱਚ ਹੁਣ ਵੀ ਪੜ੍ਹਦੇ ਹੋ ਤੁਸੀਂ? ਹਾਂਜੀ, ਹੁਣ ਵੀ ਪੜ੍ਹਦੇ ਰਹਿੰਦੇ ਹੋ? ਪੜ੍ਹਦੇ, ਪੜ੍ਹੇ ਬਿਨਾਂ ਗੱਲ ਚੱਲਦੀ ਹੀ ਨਹੀਂ ਜੀ। ਰੋਟੀ ਖਾਧੇ ਬਿਨਾਂ ਜੀਵਿਆ ਨਹੀਂ ਜਾਂਦਾ, ਹਾਂਜੀ, ਤੇ ਪੜ੍ਹੇ ਬਿਨਾਂ ਲਿਖਿਆ ਨਹੀਂ ਜਾਂਦਾ। ਕਿੰਨਾ ਕੁ ਪੜ੍ਹਦੇ ਹੋ ਤੁਸੀਂ ਹੁਣ? ਮੈਨੂੰ ਜਿੰਨਾ ਕੁ ਕੋਈ ਰਸ ਕਿੰਨਾ ਮਿਲਦਾ ਹੈ ਜੀ, ਅਗਵਾਈ ਦੇਣ ਵਾਲਾ, ਮਨੁੱਖ ਨੂੰ ਚੰਗਾ ਬਣਾਉਣ ਵਾਲਾ, ਉਹ ਪੜ੍ਹਦਾ ਤੇ ਬਾਕੀ ਦਾ ਮੈਂ। ਬਾਪੂ ਜੀ, ਸਾਡੇ ਦਰਸ਼ਕਾਂ ਨੂੰ ਜੋ ਫਿਲਮ ਵਾਰਤਾ ਦੇਖ ਰਹੇ ਨੇ ਤੇ ਕਿਤਾਬਾਂ ਵਰਗੇ ਲੋਕ ਪ੍ਰੋਗਰਾਮ ਮਾਣ ਰਹੇ ਨੇ, ਉਹਨਾਂ ਨੂੰ ਕੋਈ ਖਾਸ ਸੁਨੇਹਾ ਦੇਣਾ ਚਾਹੋ ਸਾਡੇ ਚੈਨਲ ਦੇ ਜ਼ਰੀਏ? ਮੈਂ ਖਾਸ ਸੁਨੇਹਾ ਦੇਣਾ ਚਾਹੁੰਦਾ ਇਹ ਹੈ ਕਿ ਅਗਾਂਹ ਵਧੂ ਮਿਹਨਤ ਜਿਹੜੀ ਹੈ ਜੀ ਉਹ ਨਾ ਛੱਡੀ ਜਾਵੇ। ਮਿਹਨਤ ਛੱਡੋਗੇ ਤਾਂ ਖੁਆਰ ਹੋ ਕੇ, ਮਿਹਨਤ ਤੁਹਾਨੂੰ ਬਣਾਉਂਦੀ ਹੈ, ਮਿਹਨਤ ਵੀ ਸਾਇੰਟਿਫਿਕ ਢੰਗ ਦੀ ਜਿਹੜੀ ਹੈ ਉਹਨੂੰ ਅੱਗੇ ਵਧਾਓ, ਬਾਕੀ ਪੁਰਾਣੀ ਮਿਹਨਤ ਜਿਹੜੀ ਹੈ ਉਹਨੂੰ ਛੱਡੋ। ਹਾਂਜੀ ਬਿਲਕੁਲ ਜੀ। ਅੱਛਾ ਬਾਪੂ ਜੀ, ਮੈਂ ਤੁਹਾਡੀ ਸਿਹਤ ਯਾਬੀ ਲਈ ਦੁਆ ਕਰਦੀ ਹਾਂ ਕਿ ਤੁਸੀਂ ਤੰਦਰੁਸਤ ਰਹੋ ਹੋਰ ਲੰਬੀ। ਮੈਂ ਤੁਹਾਨੂੰ ਸਾਰਿਆਂ ਨੂੰ ਛਾਲਾ ਮਾਰਦੇ ਵੇਖਣਾ ਚਾਹੁੰਦਾ। ਚਲੋ ਮਿਹਰਬਾਨੀ ਜੀ ਬਹੁਤ ਤੁਹਾਡੀ। ਇਹ ਹੈ ਕਿ ਬੰਦਾ ਤਕੜਾ ਹੋਏ ਤੇ ਉਹ ਦੂਜਿਆਂ ਨੂੰ ਤਕੜਿਆ ਕਰਦਾ, ਤੇ ਜੇ ਬੰਦਾ ਆਪ ਕਮਜ਼ੋਰ ਹੈ ਤਾਂ ਉਹ ਦੂਜਿਆਂ ਨੂੰ ਕੀ ਕਰੇਗਾ ਜੀ। ਬਿਲਕੁਲ ਸਹੀ, ਨਹੀਂ ਤੁਹਾਡੀਆਂ ਦੁਆਵਾਂ ਨੇ ਤੇ ਸਾਡੀਆਂ ਵੀ ਤੁਹਾਡੇ ਲਈ। ਧੰਨਵਾਦ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਹਾਨੂੰ ਤੁਹਾਡੀ ਮਿਹਨਤ ਦਾ ਜਿਹੜਾ ਮੁੱਲ ਹੈ ਉਹ ਬਹੁਤ ਚੰਗੇ ਢੰਗ ਨਾਲ ਮਿਲਣਾ ਚਾਹੀਦਾ।
ਮਿਹਨਤੀ ਬੰਦਿਆਂ ਨਾਲ ਦੋਸਤੀ ਰੱਖੋ, ਬਾਕੀ ਦੇ ਜਿਹੜੇ ਲਫੰਡਰ ਹੈਗੇ ਆ ਉਹ ਫਿਰਦੇ ਨੇ ਆਪਦਾ ਨਾਂ ਹੀ ਬਣਾਉਂਦੇ ਤੁਰੇ ਫਿਰਦੇ ਆ, ਉਹਨਾਂ ਦਾ ਸਾਥ ਛੱਡੋਗੇ ਤੇ ਉੱਚੇ ਉੱਠੋਗੇ ਤੇ ਨਹੀਂ ਥੱਲੇ ਧਰਤੀ ਚ ਡਿੱਗੋ। ਅੱਛਾ ਬਾਪੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਮੈਂ ਤੁਹਾਡਾ ਆਇਆਂ ਦਾ ਬਹੁਤ ਬਹੁਤ ਆਦਰ ਮਾਣ ਕਰਦਾ, ਸ਼ੁਕਰੀਆ, ਬਹੁਤ ਬਹੁਤ ਪਿਆਰ, ਸਦਾ ਯਾਦ ਵੀ ਰੱਖੂੰਗਾ। ਤੁਸੀਂ ਇਹ ਚਲਾਓ, ਚੰਗੇ ਕਰਮ ਦੀ ਕਰਮ ਦਾ ਫਲ ਜਿਹੜਾ ਹੈ ਉਹ ਮਨੁੱਖ ਨੂੰ ਉੱਚਿਆਂ ਚੁੱਕਦਾ ਜੀ। ਬਸ ਇਹ ਮੁੱਖ ਤੌਰ ਤੇ ਗੱਲ ਹੈ, ਤੇ ਜੇ ਮੰਦੇ ਕੰਮਾਂ ਚ ਪੈ ਜਾਏਗਾ ਬੰਦਾ ਉਹਦਾ ਬਾਕੀ ਸਾਰਾ ਵੀ ਕਰ ਸਕਦਾ ਜੀ। ਆਇਆਂ ਨੂੰ ਤੁਸੀਂ ਆਏ, ਮਿਹਰਬਾਨੀ ਤੁਹਾਡੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਬਾਪੂ ਜਸਵੰਤ ਸਿੰਘ ਕੰਵਲ ਜੀ, ਜਿਨ੍ਹਾਂ ਨੇ ਆਪਣੀ ਨਿੱਜੀ ਅਤੇ ਸਾਹਿਤਕ ਜ਼ਿੰਦਗੀ ਬਾਰੇ ਸਾਡੇ ਨਾਲ ਬਹੁਤ ਖਾਸ ਗੱਲਾਂ ਸਾਂਝੀਆਂ ਕੀਤੀਆਂ ਨੇ। ਤੁਹਾਨੂੰ ਇਹ ਮੁਲਾਕਾਤ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਜੀ, ਅਤੇ ਸਾਡਾ ਚੈਨਲ ਫਿਲਮ ਵਾਰਤਾ ਯੂਟਿਊਬ 'ਤੇ ਸਬਸਕ੍ਰਾਈਬ ਵੀ ਕਰ ਲੈਣਾ। ਤਦ ਤੱਕ ਲਈ ਸ਼ੁਕਰੀਆ।